ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਕਾਫੀ ਲੰਬੇ ਸਮੇਂ ਤੋਂ ਖਿੱਚੋਤਾਣ ਚੱਲ ਰਹੀ ਸੀ, ਜਿਸ ਵਿੱਚ ਟਕਸਾਲੀ ਆਗੂਆਂ ਵੱਲੋਂ ਬਗਾਵਤੀ ਸੁਰਾਂ ਵੀ ਸਾਹਮਣੇ ਆਈਆਂ ਤੇ ਉਹਨਾਂ ਨੇ ਆਪਣੇ ਅਸਤੀਫੇ ਤੱਕ ਵੀ ਦੇ ਦਿੱਤੇ। ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਟਕਸਾਲੀ ਆਗੂ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਤੇ ਡਾਕਟਰ ਰਤਨ ਸਿੰਘ ਅਜਨਾਲਾ ਸਮੇਤ ਬੋਡੀ ਅਜਨਾਲਾ ਤੇ ਸਾਬਕਾ MLA ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਚੋਂ ਕੱਢ ਕੇ ਬਾਹਰ ਦਾ ਰਸਤਾ ਦਿਖਾ ਦਿੱਤਾ। ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਵੀ ਕੀਤੀ। ਬੜੇ ਭਰੇ ਮਨ ਨਾਲ ਕਹਿਣਾ ਚਾਹੁੰਦਾ ਕਿ ਪਿਛਲੇ ਕਾਫੀ ਦਿਨਾਂ ਤੋਂ ਸਾਡੇ ਕੋਈ ਸੀਨੀਅਰ ਲੀਡਰ ਸਾਹਿਬਾਨ ਵੱਲੋਂ ਕਾਫੀ ਕੁਛ ਪਾਰਟੀ ਦੇ ਖਿਲਾਫ ਜਿਹੜਾ ਉਹ ਲਗਾਤਾਰ ਮੀਡੀਆ ਦੇ ਵਿੱਚ ਕਿਹਾ ਜਾ ਰਿਹਾ ਸੀ। ਭਾਵੇਂ ਬਹੁਤ ਵੱਡਾ ਮਾਣ ਪਾਰਟੀ ਵੱਲੋਂ ਹਮੇਸ਼ਾ ਉਹਨਾਂ ਨੂੰ ਸਮੇਂ ਸਮੇਂ ਦਿੱਤਾ ਗਿਆ, ਅੱਜ ਉਹ ਸਾਰਾ ਹੀ ਇਸ਼ੂ ਜਿਹੜਾ ਵਿਸਤਾਰ ਦੇ ਵਿੱਚ ਕਮੇਟੀ ਦੇ ਵਿੱਚ ਹੋਰ ਕਮੇਟੀ ਦੇ ਵਿੱਚ ਖੁੱਲ੍ਹ ਕੇ ਜਿਹੜਾ ਡਿਸਕਸ ਹੋਇਆ, ਜਿਹਦੇ ਵਿੱਚ ਇਸ ਚੀਜ਼ ਦਾ ਉਲੇਖ ਵੀ ਹੋਇਆ ਕਿ ਸਮੇਂ ਸਮੇਂ ਪਾਰਟੀ ਦੇ ਵਿੱਚ ਉਹਨਾਂ ਲੀਡਰ ਸਾਹਿਬਾਨ ਦਾ ਕੀ ਰੋਲ ਰਿਹਾ ਔਰ ਪਾਰਟੀ ਨੇ ਕਿੱਡੇ ਵੱਡੇ ਮਾਣ ਉਹਨਾਂ ਨੂੰ ਦਿੱਤੇ। ਲੇਕਿਨ ਜੋ ਕੁਛ ਭਾਸ਼ਾ, ਜੋ ਕੁਛ ਪਾਰਟੀ ਵਿਰੋਧੀ ਗਤੀਵਿਧੀਆਂ ਉਹਨਾਂ ਨੇ ਕੀਤੀਆਂ, ਸਾਰੀ ਕਮੇਟੀ ਨੇ ਬੜੇ ਭਰੇ ਮਨ ਨਾਲ ਫੈਸਲਾ ਲੈ ਕੇ ਅਤੇ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਨੂੰ, ਡਾਕਟਰ ਰਤਨ ਸਿੰਘ ਅਜਨਾਲਾ ਸਾਹਿਬ ਨੂੰ, ਸਰਦਾਰ ਰਵਿੰਦਰ ਸਿੰਘ ਬ੍ਰਹਮਪੁਰਾ ਜਿਹੜੇ ਸਾਬਕਾ MLA ਪਾਰਟੀ ਦੇ, ਔਰ ਅਮਰਪਾਲ ਸਿੰਘ ਬੋਲੀ ਅਜਨਾਲਾ, ਉਹਨਾਂ ਨੂੰ ਪਾਰਟੀ ਤੋਂ ਸਸਪੈਂਡ ਕਰਨ ਦਾ ਜਿਹੜਾ ਉਹ ਕੋਰ ਕਮੇਟੀ ਨੇ ਅੱਜ ਦਾ ਫੈਸਲਾ ਕੀਤਾ। ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਇਹਨਾਂ ਟਕਸਾਲੀ ਆਗੂਆਂ ਦੇ ਮਾਣ ਸਨਮਾਨ ਦੀ ਗੱਲ ਤਾਂ ਆਖੀ ਜਾ ਰਹੀ ਹੈ, ਪਰ ਇਹਨਾਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਲੀਡਰਸ਼ਿਪ ਦੀ ਖੁਸ਼ੀ ਅਤੇ ਨਾਰਾਜ਼ਗੀ ਨੂੰ ਪ੍ਰਗਟ ਕਰਨ ਲੱਗਿਆਂ ਦੇਰ ਨਹੀਂ ਲਗਾਉਂਦੇ, ਪਰ ਇਹ ਕਿਤੇ ਨਾ ਕਿਤੇ ਇਹ ਭੁੱਲ ਜਾਂਦੇ ਨੇ ਕਿ ਉਹਨਾਂ ਨੇ ਆਮ ਲੋਕਾਂ ਲਈ ਕੀ ਕੀਤਾ। ਇਹ ਸਵਾਲ ਅਜੇ ਵੀ ਉੱਥੇ ਦਾ ਉੱਥੇ ਹੀ ਖੜਾ ਹੈ। ਬਿਊਰੋ ਰਿਪੋਰਟ, ਪੰਜਾਬ ਟੂਡੇ TV। ਇਫ ਯੂ ਲਾਈਕ ਆਰ ਚੈਨਲ ਪਲੀਜ਼ ਸਬਸਕ੍ਰਾਈਬ ਐਂਡ ਟੂ ਗੈਟ ਨੋਟੀਫਿਕੇਸ਼ਨ ਅਬਾਊਟ ਨਿਊਜ਼ ਪਲੀਜ਼ ਕਲਿੱਕ ਦ ਬੈਲ ਆਈਕਨ। Thank you.